ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਭਰਾ ਦੀ ਸਵੇਰੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ। 4 ਤੋਂ 5 ਗ੍ਰਾਮ ਜਿਹੜਾ ਨਸ਼ਾ ਆ ਉਹਨਾਂ ਕੋਲੋਂ ਫੜਿਆ ਗਿਆ। ਇੰਨੇ ਤਾਂ ਵਿਦਵਾਨ ਵੀ ਨਹੀਂ, ਆ ਦੇਸੀ ਬੰਦੇ ਹਾਂ ਅਸੀਂ। ਅਸੀਂ ਵੀ ਹੁਣ ਬੈਠ ਕੇ ਵਿਚਾਰ ਕਰ ਰਹੇ ਸੀ, ਗੁਰੂ ਘਰ ਦੇ ਨਾਮ ਬਾਣੀ ਦੀ ਗੱਲ ਕਰ ਰਹੇ ਸੀ। ਇਹਨਾਂ ਦੇ ਮਤ 'ਤੇ ਨਾ ਪਰਦਾ ਪੈ ਗਿਆ ਵਾ। ਇਹ ਸਰਕਾਰਾਂ ਇਹ ਤਾਂ ਭਾਈ ਸਾਹਿਬ ਜੀ ਦੇ ਭਰਾ ਬਾਰੇ ਗੱਲ ਕੀਤੀ ਹੈ ਨਾ, ETO ਜੋ ਹਰਭਜਨ ਸਿੰਘ ETO ਆ ਉਹ ਖੁਦ ਉਹਦਾ ਭਰਾ ਵੇਚਦਾ। ਸਿੱਧੇ ਤੌਰ 'ਤੇ ਤੁਸੀਂ ਕਹਿ ਰਹੇ ਹੋ ਕਿ ਉਹ ਵੇਚਦਾ? ਸਿੱਧੇ ਤੌਰ 'ਤੇ ਕਹਿੰਦਾ, ਆ ਮੇਰੇ ਕੋਲ ਵੀਡੀਓ ਆ ਮੋਬਾਈਲ ਦੇ ਵਿੱਚ, ਹੁਣੀ ਮੈਂ ਤੁਹਾਨੂੰ ਦੇ ਦਿੰਦਾ। ਕੱਲ੍ਹ ਉੱਥੇ ਮੁੰਡਾ ਗੱਡੀ 'ਚ ਜਾਂਦੇ ਹੁੰਦੇ ਉੱਥੇ, ਫਿਰ ਕੀ ਕਹਿਣਾ ਸੀ, ਬਾਬੇ ਨੇ ਗੱਡੀ 'ਚ ਆਰਤੀ ਜੀ ਉਹ ਆਪਣਾ ਮੁੰਡਾ ਕਿਸੇ ਮੁੰਡੇ 'ਤੇ। ਇਹ ਅਫਵਾਹਾਂ ਬਿਨਾਂ ਗੱਲ ਇਹ ਕਰ ਸਕਦੀਆਂ। ਉਹ ਮੇਰੇ ਉੱਤੇ 50 ਕਰੋੜ ਦਾ ਪਾਤਾ ਸੀ ਇਹਨਾਂ ਨੇ, ਹਾਂਜੀ, ਕਿ ਬਾਬਾ ਜੀ ਕੋਲ 50 ਕਰੋੜ ਦਾ ਤੁਹਾਡੇ ਕੋਲ ਫੰਡ ਆਏ ਆ, ਅਤੇ ਜੇ 50 ਕਰੋੜ ਦਾ ਫੰਡ ਆਵੇ ਤਾਂ ਆ ਟੁੱਟੀਆਂ ਗੱਡੀਆਂ ਲੈ ਕੇ ਘੁੰਮੀਏ। ਆ ਜੋ 4-4 ਕਿਲੋ ਵੇਚਦੇ ਉਹਨਾਂ ਨੂੰ ਕਿਉਂ ਨਹੀਂ ਕਰਦੇ, ਉਹਨਾਂ ਨੂੰ ਕਿਉਂ ਨਹੀਂ ਫੜਦੇ? ਜੰਡਿਆਲੇ 'ਚ ਸਰੇ ਆਮ ਚਿੱਟਾ ਵਿਕਦਾ, ਸਰੇ ਆਮ ਫੜਨ ਜਾ ਕੇ ਉਹਨਾਂ ਨੂੰ। ਭਾਈ ਹਰਪ੍ਰੀਤ ਸਿੰਘ ਜੀ ਦਾ ਸਰੀਰ ਦੇਖੋ, ਜੋ ਨਸ਼ਾ ਕਰਦੇ ਉਹਨਾਂ ਦਾ ਸਰੀਰ ਦੇਖ ਲਓ, ਮੇਰੇ ਵਰਗਾ ਹੋਣਗੇ। ਹਾਂ, ਮੇਰੇ ਉੱਤੇ ਕਹਿ ਵੀ ਸਕਦੇ ਕਿ ਵੀ ਹਾਂ ਬਾਬਾ ਹੈ ਨਾ ਅਮਲੀ ਆ, ਅਤੇ ਮਨ ਵੀ ਲਈ ਆ ਕਿ ਹਾਂ ਵਾਕਈ ਯਾਰ ਮੈਂ ਅਮਲੀ ਹਾਂ। ਜਿਵੇਂ ਭਾਈ ਸਾਹਿਬ ਬਾਰੇ ਕਹਿ ਰਹੇ ਸੀ ਜਦੋਂ ਭਾਈ ਸਾਹਿਬ ਜੀ ਨੂੰ ਫੜਿਆ ਇਹਨਾਂ ਨੇ, ਕਿ ਵੀ ਇਹਨਾਂ ਕੋਲ ਕਿੰਨੇ ਕਰੰਸੀ ਹੈ ਨਾ, ਕਿ ਹਾਂ ਬਹੁਤ ਬਰਾਮਦ ਹੋਏ ਆ। ਹਾਂ, ਬੰਦਾ ਪੁੱਛੇ ਕਿ ਤੁਹਾਡਾ ਬੈਂਕ ਆ ਜੀ, ਜੇ ਅੱਜ ਮੈਂ ਬਾਹਰ ਜਾਣਾ ਹੋਵੇ ਅਤੇ 20 ਲੱਖ ਰੁਪਏ ਮੈਨੂੰ ਸ਼ੋਅ ਕਰਾਉਣਾ ਹੋਵੇ ਅਤੇ ਬੈਂਕ ਵਾਲੇ ਨੂੰ ਥੋੜ੍ਹੇ ਜਿਹੇ ਪੈਸੇ ਦਈਏ ਤਾਂ ਉਹ ਸ਼ੋਅ ਕਰ ਦਿੰਦਾ ਆ, ਕਿ ਵੀ ਅਣਜਾਣ ਜੋ ਹੁੰਦਾ ਸਿਸਟਮ ਡਾਊਨ ਕਰਨ ਵਾਸਤੇ ਕਰਦੇ ਆ। ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਭਰਾ ਦੀ ਸਵੇਰੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ। 4 ਤੋਂ 5 ਗ੍ਰਾਮ ਜਿਹੜਾ ਨਸ਼ਾ ਆ ਉਹਨਾਂ ਕੋਲੋਂ ਫੜਿਆ ਗਿਆ। ਇਸ ਵਕਤ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚਿਆ, ਉਹਨਾਂ ਦੇ ਘਰ ਦੇ ਬਾਹਰ ਮੌਜੂਦ ਹੈਗੇ ਆ। ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਸਾਂਝੀਆਂ ਕਰ ਦਿੰਦੇ ਹਾਂ, ਜਿੱਥੇ ਕਹਿ ਲਈਏ ਕਿ ਪਰਿਵਾਰ ਜਿਹੜਾ ਆ ਉਹ ਅੰਦਰ ਬੈਠਾ ਹੋਇਆ, ਉਹਨਾਂ ਦੇ ਜਿਹੜੇ ਸਮਰਥਕ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਜਾਂ ਉਹਨਾਂ ਨੂੰ ਚਾਹੁਣ ਵਾਲੇ ਨੇ, ਉਹ ਇੱਥੇ ਮਿਲਣ ਪਹੁੰਚ ਰਹੇ ਨੇ। ਜਦੋਂ ਵੀ ਜਿਹੜੀ ਇਹ ਖਬਰ ਮਿਲ ਰਹੀ ਹੈਗੀ ਹੈ, ਸੋ ਉਸ ਨੂੰ ਲੈ ਕੇ ਉਹਨਾਂ ਦੇ ਜਿਹੜੇ ਸਮਰਥਕ ਨੇ ਇੱਥੇ ਪਹੁੰਚ ਰਹੇ ਹੈਗੇ ਨੇ। ਸੋ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੇ ਘਰ ਤੋਂ, ਜਿੱਥੇ ਕਹਿ ਲਈਏ ਕਿ ਇਹ ਸਵੇਰ ਤੋਂ ਹੀ ਜਿਸ ਨੂੰ ਇਹ ਖਬਰ ਮਿਲਦੀ ਹੈਗੀ ਆ ਉਹ ਪਰਿਵਾਰ ਨਾਲ ਗੱਲਬਾਤ ਕਰਨ ਜਿਹੜਾ ਉਹ ਪਹੁੰਚ ਰਿਹਾ ਹੈਗਾ ਆ। ਸੋ ਇਹ ਤਸਵੀਰਾਂ ਲਾਈਵ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੇ ਜਿਹੜੇ ਸਮਰਥਕ ਨੇ, ਜਿਹੜੇ ਖਬਰ ਪਤਾ ਚੱਲਦੀ ਹੈ ਜਿਨ੍ਹਾਂ ਨੂੰ, ਉਹ ਮੌਕੇ 'ਤੇ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਨੇ ਕਿ ਆਖਰ ਅਜਿਹਾ ਕਿਵੇਂ ਵਾਪਰਿਆ। ਕਿਉਂਕਿ ਜੇਕਰ ਗੱਲ ਕਰ ਲਈਏ ਤਾਂ ਇਹ ਲੰਬੇ ਸਮੇਂ ਤੋਂ ਇਹ ਪਰਿਵਾਰ ਨਸ਼ਿਆਂ ਦੇ ਖਿਲਾਫ਼ ਮੁਹਿੰਮ ਜਿਹੜੀ ਆ ਉਹ ਚਲਾ ਰਿਹਾ। ਸੋ ਅਜਿਹਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਜ਼ਰੂਰ ਪਰਿਵਾਰ ਦਾ ਵੀ ਕਹਿਣਾ ਹੈ ਕਿ ਮੰਦਭਾਗਾ ਆ। ਹਾਲੇ ਇਸਦਾ ਪੁਸ਼ਟੀ ਜਿਹੜੀ ਆ ਉਹ SSP ਦਿਹਾਤੀ ਵੱਲੋਂ ਕਰ ਦਿੱਤੀ ਗਈ ਹੈ। ਖਾਸ ਤੌਰ 'ਤੇ ਜਿੱਥੇ 4 ਗ੍ਰਾਮ ਦਾ ਨਸ਼ੇ ਦਾ ਜਿਹੜਾ ਜ਼ਿਕਰ ਆ ਉਹ ਕੀਤਾ ਗਿਆ, ਅਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਹ ਨਸ਼ਾ ਕਰਨ ਲੱਗੇ ਸੀਗੇ, ਅਸੀਂ ਮੌਕੇ 'ਤੇ ਉਸਦੀ ਵੀਡੀਓਗ੍ਰਾਫੀ ਵੀ ਕੀਤੀ ਹੈ, ਅਤੇ ਅਜਿਹਾ ਸਾਹਮਣੇ ਆ ਰਿਹਾ। ਸੋ ਅਜਿਹੇ ਬਿਆਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਉਸ ਨੂੰ ਲੈ ਕੇ ਪਿਤਾ ਤਰਸੇਮ ਸਿੰਘ ਹੁਣੀ ਉਹ ਨਾਰਾਜ਼ ਚੱਲ ਰਹੇ ਨੇ, ਜੋ ਪ੍ਰਸ਼ਾਸਨ ਦਾ ਇਹ ਵਤੀਰਾ ਦੇਖਿਆ ਜਾ ਰਿਹਾ। ਸੋ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਪ੍ਰਸ਼ਾਸਨ ਹੈ, ਕੁਛ ਵੀ ਕਰ ਸਕਦਾ। ਕਿਤੇ ਨਾ ਕਿਤੇ ਜਿਹੜਾ ਡੋਪ ਟੈਸਟ ਆ ਉਹ ਵੀ ਪੋਜ਼ਿਟਿਵ ਆਇਆ, ਅਤੇ ਆਪਾਂ ਗੱਲਬਾਤ ਕੀਤੀ ਪਿਤਾ ਤਰਸੇਮ ਸਿੰਘ ਹੋਣਾ ਨਾਲ, ਉਹਨਾਂ ਦਾ ਜ਼ਿਕਰ ਕੀਤਾ ਕਿ ਜਿਹੜੇ ਡਾਕਟਰਸ ਦੀਆਂ ਰਿਪੋਰਟਾਂ ਨੇ ਉਹ ਵੀ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੈਗੇ ਨੇ। ਸੋ ਉਹਨਾਂ ਦੇ ਸਮਰਥਕ ਵੀ ਪਹੁੰਚੇ ਨੇ, ਆਪਾਂ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ ਕਿ ਇੱਥੇ ਅੱਜ ਪਹੁੰਚੇ ਨੇ। ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਵੇਕ ਸਿੰਘ ਜੀ, ਬਾਬਾ ਜੀ ਬੇਨਤੀ ਆ ਕਿ ਇੰਨੇ ਤਾਂ ਵਿਦਵਾਨ ਵੀ ਨਹੀਂ, ਆ ਦੇਸੀ ਬੰਦੇ ਹਾਂ ਅਸੀਂ। ਅਸੀਂ ਵੀ ਹੁਣ ਬੈਠ ਕੇ ਵਿਚਾਰ ਕਰ ਰਹੇ ਸੀ, ਗੁਰੂ ਘਰ ਦੇ ਨਾਮ ਬਾਣੀ ਦੀ ਗੱਲ ਕਰ ਰਹੇ ਸੀ,
ਇਹਨਾਂ ਦੇ ਮਤ 'ਤੇ ਨਾ ਪਰਦਾ ਪੈ ਗਿਆ ਵਾ, ਇਹ ਸਰਕਾਰਾਂ ਇਹ ਤਾਂ ਭਾਈ ਸਾਹਿਬ ਜੀ ਦੇ ਭਰਾ ਬਾਰੇ ਗੱਲ ਕੀਤੀ ਹੈ ਨਾ, ਈ ਟੀ ਓ ਜੋ ਹਰਪਿੰਦਰ ਸਿੰਘ ਈ ਟੀ ਓ ਆ, ਉਹ ਖੁਦ ਉਹਦਾ ਭਰਾ ਵੇਚਦਾ, ਕਦੀ ਉਹਨਾਂ ਦਾ ਸਵਾਲ ਕਰੋ ਤੁਸੀਂ ਮੀਡੀਆ ਵਾਲਿਓ। ਸਿੱਧੇ ਤੌਰ 'ਤੇ ਤੁਸੀਂ ਕਹਿ ਰਹੇ ਹੋ ਕਿ ਉਹ ਵੇਚਦੇ? ਸਿੱਧੇ ਤੌਰ 'ਤੇ ਕਹਿੰਦਾ, ਆਹ ਮੇਰੇ ਕੋਲ ਵੀਡੀਓ ਆ ਮੋਬਾਈਲ ਦੇ ਵਿੱਚ, ਹੁਣੀ ਮੈਂ ਤੁਹਾਨੂੰ ਦੇ ਦਿੰਦਾ। ਕੱਲ੍ਹ ਉੱਥੇ ਮੁੰਡਾ ਗੱਡੀ ਚੜ ਜਾਂਦੇ ਉਹਦੇ 'ਤੇ, ਫਿਰ ਕੀ ਕਹਿਣਾ ਸੀ, ਬਾਬੇ ਨੇ ਗੱਡੀ ਚਾੜਤੀ ਜੀ ਉਹ ਆਪਣਾ ਮੁੰਡਾ ਕਿਸੇ ਮੁੰਡੇ 'ਤੇ। ਇੱਥੇ ਕਹਿੰਦਾ ਨਸ਼ਾ ਛਡਾਓ ਕੇਂਦਰ, ਇਸ ਵੇਲੇ ਭਾਈ ਹਰਪ੍ਰੀਤ ਸਿੰਘ ਇੱਕ ਮੀਡੀਆ ਵਾਲੇ ਦੱਸ ਰਹੇ ਸੀ ਕਿ ਵੀ ਭਾਈ ਹਰਪ੍ਰੀਤ ਸਿੰਘ ਜੀ ਉਹ ਮੀਡੀਆ ਆਪਣਾ ਦੂਜਾ ਨਸ਼ਾ ਛਡਾਓ ਕੇਂਦਰ ਉਹ ਚਲਾ ਰਹੇ ਆ, ਅਤੇ ਤੁਸੀਂ ਦੇਖਿਆ ਉੱਥੇ ਨਸ਼ਾ ਕਿੰਨੇ ਕੁ ਬੰਦੇ ਆ ਉੱਥੇ? ਤੁਸੀਂ ਗਏ ਸੀ ਗੁਰੂ ਘਰ? ਹਾਂਜੀ, ਉੱਥੇ ਹੈ ਕੋਈ ਅਜੇ ਨਹੀਂ ਆ ਨਾ, ਅਤੇ ਕਿਸ ਤਰੀਕੇ ਨਾਲ ਕਹੀ ਜਾਂਦੇ ਆ ਇਹ ਅਫਵਾਹਾਂ ਬਿਨਾਂ ਗੱਲ ਇਹ ਕਰ ਸਕਦੀਆਂ। ਉਹ ਮੇਰੇ ਉੱਤੇ 50 ਕਰੋੜ ਦਾ ਪਾਤਾ ਸੀ ਇਹਨਾਂ ਨੇ। ਹਾਂਜੀ, ਕਿ ਬਾਬਾ ਜੀ ਕੋਲ 50 ਕਰੋੜ ਦਾ ਤੁਹਾਡੇ ਕੋਲ ਫੰਡ ਆਏ ਆ, ਅਤੇ ਜੇ 50 ਕਰੋੜ ਦਾ ਫੰਡ ਆਵੇ ਤਾਂ ਆ ਟੁੱਟੀਆਂ ਗੱਡੀਆਂ ਲੈ ਕੇ ਘੁੰਮੀਏ, ਆਟੋ 'ਤੇ ਘੁੰਮੀਏ। ਬਾਬਾ ਜੀ ਤੁਸੀਂ ਮੀਡੀਆ ਵਾਲੇ ਹੋ, ਕੁਛ ਵੀ ਕਰ ਸਕਦੇ ਹੋ, ਆ ਸਰਕਾਰਾਂ 'ਤੇ ਮੀਡੀਆ ਜੋ ਰਿਪੋਰਟਾਂ ਅੱਗੋਂ ਨਿਕਲ ਕੇ ਆਈਆਂ ਨੇ, ਆਪਾਂ ਜੋ ਰਿਪੋਰਟਾਂ ਨਿਕਲ ਕੇ ਆਈਆਂ ਉਸ ਆਧਾਰ 'ਤੇ ਗੱਲ ਕਰ ਰਹੇ ਹਾਂ। SSP ਦਾ ਬਿਆਨ ਆਇਆ ਕਿ 4 ਤੋਂ 5 ਗ੍ਰਾਮ ਨਸ਼ਾ ਫੜਿਆ ਗਿਆ, ਉਸ ਆਧਾਰ 'ਤੇ ਉਹਨਾਂ ਨੇ ਜਿਹੜੀ ਰਿਪੋਰਟ ਹੈ ਉਹ ਦਰਜ ਕੀਤੀ ਆ। ਫਿਰ ਇਹ ਵੀ ਜ਼ਿਕਰ ਕੀਤਾ ਕਿ ਇਹ ਨਸ਼ਾ ਕਰਨ ਲੱਗੇ ਸੀਗੇ, ਇਹਨਾਂ ਦੇ ਕੋਲੋਂ ਲਾਈਟਰ ਵੀ ਬਰਾਮਦ ਹੋਇਆ, ਇਸ ਅਜਿਹੀਆਂ ਚੀਜ਼ਾਂ ਬਰਾਮਦ ਹੋਈਆਂ ਨੇ, ਇਹ ਚੀਜ਼ ਦਾ ਜ਼ਿਕਰ ਕੀਤਾ। ਆਪਾਂ SSP ਦਾ ਜੋ ਬਿਆਨ ਆ ਉਸ ਆਧਾਰ 'ਤੇ ਤੁਹਾਨੂੰ ਆਪਾਂ ਸਵਾਲ ਕਰ। ਬਾਬਾ ਜੀ ਇਸ 4 ਗ੍ਰਾਮ ਕਿਹਾ, ਆ ਜੋ 4-4 ਕਿਲੋ ਵੇਚਦੇ ਉਹਨਾਂ ਨੂੰ ਕਿਉਂ ਨਹੀਂ ਕਰਦੇ, ਉਹਨਾਂ ਨੂੰ ਕਿਉਂ ਨਹੀਂ ਫੜਦੇ? ਜੰਡਿਆਲੇ 'ਚ ਸਰੇ ਆਮ ਚਿੱਟਾ ਵਿਕਦਾ, ਸਰੇ ਆਮ ਫੜਨ ਜਾ ਕੇ ਉਹਨਾਂ ਨੂੰ 4 ਗ੍ਰਾਮ ਕਹਿਤਾ ਵਾ। ਪਹਿਲੇ ਤਾਂ ਦੇਖੋ ਸ਼ਕਲ ਸੂਰਤ ਦੇਖੋ, ਉਹਨਾਂ ਦੇ ਪਹਿਰਾਵਾ ਦੇਖੋ, ਉਹਨਾਂ ਸਿੰਘ ਦੇ ਭਾਈ ਹਰਪ੍ਰੀਤ ਸਿੰਘ ਜੀ ਦਾ ਸਰੀਰ ਦੇਖੋ, ਜੋ ਨਸ਼ਾ ਕਰਦੇ ਉਹਨਾਂ ਦਾ ਸਰੀਰ ਦੇਖ ਲਓ, ਮੇਰੇ ਵਰਗਾ ਹੋਣਗੇ। ਹਾਂ ਮੇਰੇ ਉੱਤੇ ਕਹਿ ਵੀ ਸਕਦੇ ਕਿ ਵੀ ਹਾਂ ਬਾਬਾ ਹੈ ਨਾ ਅਮਲੀ ਆ, ਅਤੇ ਮਨ ਵੀ ਲਈ ਆ ਕਿ ਹਾਂ ਵਾਕਈ ਯਾਰ ਮੈਂ ਅਮਲੀ ਹਾਂ, ਹੈ ਨਾ। ਮੇਰੇ ਵਰਗੇ ਨੂੰ ਕਹਿ ਦਿਉ ਮੰਨਣ ਯੋਗ ਆ ਕਿ ਵੀ ਹਾਂ ਇਹ ਵਾਕਈ ਸਰੀਰ ਹੈ ਜੋ, ਪਰ ਜੇ ਡੋਪ ਟੈਸਟ ਇਹ ਵੀ ਸਾਰੇ ਤਾਂ ਟੈਸਟ ਇਹਨਾਂ ਕੋਲ, ਉਹ ਕਹਿੰਦੇ ਕਿ ਵੀ ਜੀ ਜਿਵੇਂ ਭਾਈ ਸਾਹਿਬ ਬਾਰੇ ਕਹਿ ਰਹੇ ਸੀ ਜਦੋਂ ਭਾਈ ਸਾਹਿਬ ਜੀ ਨੂੰ ਫੜਿਆ ਇਹਨਾਂ ਨੇ, ਕਿ ਵੀ ਇਹਨਾਂ ਕੋਲ ਕਿੰਨੇ ਕਰੰਸੀ ਹੈ ਨਾ, ਕਿ ਹਾਂ ਬਹੁਤ ਬਰਾਮਦ ਹੋਏ ਆ। ਹਾਂ ਬੰਦਾ ਪੁੱਛੇ ਕਿ ਤੁਹਾਡਾ ਬੈਂਕ ਆ ਜੀ, ਜੇ ਅੱਜ ਮੈਂ ਬਾਹਰ ਜਾਣਾ ਹੋਵੇ ਅਤੇ 20 ਲੱਖ ਰੁਪਏ ਮੈਨੂੰ ਸ਼ੋਅ ਕਰਾਉਣਾ ਹੋਵੇ ਅਤੇ ਬੈਂਕ ਵਾਲੇ ਨੂੰ ਥੋੜ੍ਹੇ ਜਿਹੇ ਪੈਸੇ ਦੀਏ ਤਾਂ ਉਹ ਸ਼ੋਅ ਕਰ ਦਿੰਦਾ ਆ, ਕਿ ਵੀ ਅਣਜਾਣ ਬੰਦੇ ਅਣਜਾਣ ਨਹੀਂ ਆ। ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਆ, ਮੇਰੇ ਵਰਗੇ ਅਨਪੜ੍ਹ ਵੀ ਵਿੱਚ ਤੁਰਿਆ ਫਿਰਦਾ ਵਿੱਚ। ਮਨਸ਼ਾ ਕੀ ਸਮਝਦੇ ਹੋ, ਕਿਉਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਅਜਿਹਾ, ਜਿਵੇਂ ਦੱਸਿਆ ਜਾ ਰਿਹਾ ਕਿ ਸਭ ਝੂਠ ਸਮਝਦੇ ਹੋ? ਹਾਂ ਮੈਂ ਤਾਂ ਝੂਠ ਸਮਝਦਾ, ਝੂਠ ਵੀ ਨਹੀਂ, ਕਿ ਇਸ ਵੇਲੇ ਇਹਨਾਂ ਦਾ ਜੋ ਮਕਸਦ ਹੈ ਜੀ, ਮਕਸਦ ਪਤਾ ਕੀ ਆ, ਸ਼੍ਰੋਮਣੀ ਕਮੇਟੀ ਦੇ ਵੋਟਾਂ ਆ ਗਈਆਂ, ਹੁਣ ਪਰਿਵਾਰ ਨੂੰ ਦੂਜੇ ਪਾਸੇ ਉਲਝਾ ਦਈਏ ਤਾਂ ਕਿ ਵੀ ਸ਼੍ਰੋਮਣੀ ਕਮੇਟੀ ਦੇ ਵੋਟਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਾ ਕਰੇ, ਮੇਨ ਮੁੱਦਾ ਇਹ ਆ ਇਹਨਾਂ ਦੇ। ਜਿਵੇਂ ਪਿੱਛੇ ਜੇ ਅਪੀਲ ਵੀ ਕੀਤੀ ਫਾਦਰ ਸਾਹਿਬ ਉਹਨਾਂ ਨੇ ਕਿ ਆ ਰਹੀਆਂ ਨੇ ਵੋਟਾਂ ਆ ਰਹੀਆਂ ਨੇ, ਸੋ ਵੱਧ ਚੜ੍ਹ ਕੇ ਸਹਿਯੋਗ ਦਿਓ। ਆ ਸਹਿਯੋਗ ਮਿਲ ਗਿਆ ਜੀ, ਸਰਕਾਰਾਂ ਨੇ ਸਹਿਯੋਗ ਦੇ ਦਿੱਤਾ ਜੀ। ਭਾਈ ਬਾਬਾ ਜੀ ਨੇ ਕਿਹਾ ਸੀ, ਬਾਪੂ ਜੀ ਨੇ ਕਿ ਵੀ ਸਹਿਯੋਗ ਦਿਓ, ਉਹ ਸਰਕਾਰ ਨੇ ਸੋਚਿਆ ਕਿ ਸਾਡੇ ਤੋਂ ਸਹਿਯੋਗ ਮੰਗ ਰਹੇ ਆ, ਅਤੇ ਮੰਗਿਆ ਤਾਂ ਸੰਗਤਾਂ ਤੋਂ ਸੀ, ਉਹ ਹੁਣ ਸਰਕਾਰਾਂ ਸਹਿਯੋਗ ਦੂਜੇ ਲੋਟ ਦੇ ਦਿੱਤਾ ਸਾਨੂੰ। ਹਾਂਜੀ, ਕੀ ਸਮਝਦੇ ਹੋ ਅਜਿਹਾ ਕੀਤਾ ਗਿਆ? ਬਾਣਾ ਪਾ ਕੇ ਰੱਖਦਾ ਸੀ ਸਿੰਘ, ਦਮਾਲਾ ਸਜਾ ਕੇ ਰੱਖਦਾ ਸੀ, ਬਾਣੀ ਨਾਲ ਜੁੜੇ ਸਨ, ਸਾਰਾ ਪਰਿਵਾਰ ਹੀ ਨਸ਼ਿਆਂ ਦੇ ਖਿਲਾਫ ਮੁਹਿੰਮਾਂ ਚਲਾ ਰਿਹਾ ਸੀ, ਪਰ ਅਜਿਹਾ ਨਸ਼ੇ ਦੇ ਨਾਲ ਜੋੜਿਆ ਗਿਆ? ਦੇਖੋ ਜੀ, ਇਹ ਜੋ ਹੁੰਦਾ ਸਿਸਟਮ ਡਾਊਨ ਕਰਨ ਵਾਸਤੇ ਕਰਦੇ ਆ, ਅਤੇ
ਉਹ ਪਾਤਸ਼ਾਹ ਜੀ ਦੇ ਬਹੁਤ ਕਿਰਪਾ ਆ। ਜਿੰਨਾ ਥੱਲੇ ਕਹਿੰਦਾ ਸਪਰਿੰਗ ਨੂੰ ਜਿੰਨਾ ਥੱਲੇ ਦੱਬੋਗੇ ਨਾ ਉਨਾ ਹੀ ਤਾਂ ਉੱਪਰ ਉੱਠਦਾ, ਅਤੇ ਜਿੰਨਾ ਗੁਰੂ ਦੇ ਸਿੱਖ ਨੂੰ ਦੱਬੋਗੇ ਤਾਂ ਨੂੰ ਜਾਊਗਾ ਜੀ। ਹਾਂਜੀ, ਬਿਲਕੁਲ ਕਹਿ ਲਈਏ ਕਿ ਭਾਈ ਸਾਹਿਬ ਹੋਣਾ ਦੇ ਸਮਰਥਕ ਜਿਹੜੇ ਨੇ ਉਹ ਘਰ ਪਹੁੰਚ ਰਹੇ ਹੈਗੇ ਨੇ, ਲਗਾਤਾਰ ਗੱਲਬਾਤ ਜਿਹੜੀ ਆਪਾਂ ਕੀਤੀ ਹੈਗੀ ਆ। ਸੋ ਕਹਿ ਲਈਏ ਕਿ ਹੁਣ ਰੋਸ ਵੀ ਜਿਹੜਾ ਹੈ ਉਹ ਪਰਿਵਾਰ ਦੇ ਵਿੱਚ ਦੇਖਦਾ ਹੋਇਆ ਨਜ਼ਰ ਆ ਰਿਹਾ ਕਿ ਅਜਿਹਾ ਜਦੋਂ ਸਾਰਾ ਪਰਿਵਾਰ ਨਸ਼ਿਆਂ ਦੇ ਖਿਲਾਫ਼ ਮੁਹਿੰਮਾਂ ਚਲਾ ਰਿਹਾ ਹੋਵੇ, ਲਗਾਤਾਰ ਖਾਲਸਾ ਵਹੀਰਾਂ ਕੱਢੀਆਂ ਜਾਣ, ਪਰ ਇਸ ਤਰੀਕੇ ਦੇ ਨਾਲ ਨਸ਼ਿਆਂ ਦੇ ਨਾਲ ਬਰਾਮਦ ਹੋਣਾ, ਇਸ ਦੇ ਉੱਪਰ ਵਿਰੋਧੀ ਧਿਰਾਂ ਵੀ ਜਿਹੜੀਆਂ ਨੇ ਉਹ ਟਿੱਪਣੀਆਂ ਕਰ ਰਹੀਆਂ ਹੈਗੀਆਂ ਨੇ। ਸੋ ਅਲੱਗ ਅਲੱਗ ਵਿਰੋਧੀ ਧਿਰਾਂ ਟਿੱਪਣੀਆਂ ਕਰ ਰਹੇ ਨੇ, ਉਸ ਨੂੰ ਲੈ ਕੇ ਜ਼ਰੂਰ ਪਰਿਵਾਰ ਦੇ ਵਿੱਚ ਰੋਸ ਨਜ਼ਰ ਆ ਰਿਹਾ, ਬਟ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੈ ਕਿ ਸਾਡਾ ਪੁੱਤ ਅਜਿਹਾ ਨਹੀਂ ਆ, ਨਸ਼ਿਆਂ ਦੇ ਵਿੱਚ ਉਹ ਬਿਲਕੁਲ ਵੀ ਨਹੀਂ ਆ। ਸੋ ਸਾਫ਼ ਤੌਰ 'ਤੇ ਜਿਹੜੇ ਜ਼ਿਕਰ ਆ ਉਹ ਪ੍ਰਸ਼ਾਸਨ ਜੀ ਮੰਸ਼ਾ ਜੋ ਹੈਗੀ ਆ ਉਸਨੂੰ ਆਪਾਂ ਹਜੇ ਤੱਕ ਨਹੀਂ ਸਮਝ ਪਾਏ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ। ਸੋ ਮੈਨੂੰ ਦਿਓ ਇਜਾਜ਼ਤ, ਡੇਲੀ ਡੈਸਕ ਟੀ ਵੀ ਦਾ ਹੀ ਮੈਂ ਸਮਰਦੀਪ ਸਿੰਘ, ਜਲਪੁਰ ਖੇੜਾ।